श्रीकाल मैं सिमरन फैक्ट न्यूज़ बॉलीवुड चिंगारी ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹੈ। ਦੋਸਤੋ ਗੱਲ ਕਰੀਏ ਸਨੀ ਮਾਲਟਨ ਦੀ ਤਾਂ ਸਨੀ ਮਾਲਟਨ ਸਿੱਧੂ ਮੂਸੇਵਾਲੇ ਨੂੰ ਆਏ ਦਿਨ ਹੀ ਯਾਦ ਕਰਦੇ ਦਿਖਾਈ ਦਿੰਦੇ ਨੇ। ਅਕਸਰ ਹੀ ਸੋਸ਼ਲ ਮੀਡੀਆ ਅਕਾਊਂਟ ਤੋਂ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਉਹ ਸ਼ੇਅਰ ਕਰਦੇ ਰਹਿੰਦੇ ਨੇ ਤੇ ਇਸ ਤਰ੍ਹਾਂ ਉਹ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਰਹਿੰਦੇ ਨੇ। ਹਾਲ ਫਿਲਹਾਲ ਹੀ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਸੀ ਜਿਸ ਦੌਰਾਨ ਉਹ ਸਿੱਧੂ ਨੂੰ ਯਾਦ ਕਰ ਚੱਲਦੀ ਇੰਟਰਵਿਊ ਦੇ ਵਿੱਚ ਰੋਂਦੇ ਦਿਖਾਈ ਦਿੱਤੇ। ਵੈਲ ਉਹਨਾਂ ਨੇ ਇੱਕ ਛੋਟਾ ਜਿਹਾ ਕਲਿੱਪ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਸਾਂਝਾ ਕੀਤਾ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੋ ਰਿਹਾ ਹੈ ਤੇ ਹਰ ਕੋਈ ਸਨੀ ਦੇ ਨਾਲ ਖਲੋਤਾ ਦਿਖਾਈ ਦਿੱਤਾ। ਇਸ ਦੇ ਨਾਲ ਨਾਲ ਹੁਣ ਸਨੀ ਨੇ ਇੱਕ ਹੋਰ ਪੋਸਟ ਸਾਂਝਾ ਕਰ ਆਪਣੇ ਫੈਨਸ ਦਾ ਕੀਤਾ ਹੈ ਇਸ ਅੰਦਾਜ਼ ਦੇ ਵਿੱਚ ਧੰਨਵਾਦ। ਸਿੱਧੂ ਮੂਸੇਵਾਲੇ ਨੂੰ ਦੁਨੀਆ ਤੋਂ ਰੁਖਸਤ ਹੋਏ 9 ਮਹੀਨੇ ਪੂਰੇ ਹੋਣ ਵਾਲੇ ਨੇ ਪਰ ਉਸ ਦੇ ਚਾਹਣ ਵਾਲੇ ਉਸ ਨੂੰ ਅਜੇ ਤੱਕ ਭੁੱਲ ਨਹੀਂ ਪਾਏ ਨੇ। ਅਕਸਰ ਹੀ ਉਹਨਾਂ ਨੂੰ ਯਾਦ ਕਰਦੇ ਦਿਖਾਈ ਦਿੰਦੇ ਨੇ। ਸਿੱਧੂ ਮੂਸੇਵਾਲੇ ਨੇ ਤੇ ਸਨੀ ਮਾਲਟਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਪੱਕੀ ਦੋਸਤੀ ਹਰ ਕੋਈ ਜਾਣਦਾ ਹੈ। ਇਹ ਦੋਵੇਂ ਬੈਸਟ ਫਰੈਂਡ ਸੀ। ਸਨੀ ਅਕਸਰ ਹੀ ਸਿੱਧੂ ਨੂੰ ਯਾਦ ਕਰਕੇ ਇਮੋਸ਼ਨਲ ਹੁੰਦੇ ਦਿਖਾਈ ਦਿੰਦੇ ਨੇ। ਇਸ ਦੇ ਨਾਲ ਨਾਲ ਉਹ ਅਕਸਰ ਸਿੱਧੂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਰਹਿੰਦੇ ਨੇ। ਹਾਲ ਹੀ 'ਚ ਸਨੀ ਮਾਲਟਨ ਇੱਕ ਇੰਟਰਵਿਊ ਵਿੱਚ ਨਜ਼ਰ ਆਏ ਸੀ। ਇਸ ਦੌਰਾਨ ਜਦੋਂ ਉਹਨਾਂ ਤੋਂ ਸਿੱਧੂ ਮੂਸੇਵਾਲੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹ ਚੱਲਦੀ ਇੰਟਰਵਿਊ ਵਿੱਚ ਪੂਰੀ ਤਰ੍ਹਾਂ ਰੋਣ ਲੱਗ ਗਏ। ਉਸਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਇੰਟਰਵਿਊ ਦਾ ਇੱਕ ਛੋਟਾ ਜਿਹਾ ਕਲਿੱਪ ਦਾ ਹਿੱਸਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਸਨੀ ਮਾਲਟਨ ਨੇ ਸੋਸ਼ਲ ਮੀਡੀਆ ਤੇ ਇੱਕ ਹੋਰ ਪੋਸਟ ਵੀ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਫੈਨਸ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਇਹ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ, ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ। ਇਹ ਇੰਟਰਵਿਊ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੂੰਗਾ। ਉਹਨਾਂ ਸਭ ਦਾ ਵੀ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਆਪਣਾ ਦਰਦ ਸਭ ਦੇ ਸਾਹਮਣੇ ਬਿਆਨ ਕਰਨ ਦੀ ਹਿੰਮਤ ਦਿੱਤੀ। ਤੁਹਾਡੇ ਸਭ ਦਾ ਸ਼ੁਕਰੀਆ ਕਿ ਤੁਸੀਂ ਸਭ ਨੇ ਮੇਰੇ ਦਰਦ ਨੂੰ ਆਪਣਾ ਦਰਦ ਬਣਾਇਆ। ਤੁਸੀਂ ਸਭ ਨੇ ਮੈਨੂੰ 16 ਸਾਲ ਦੀ ਉਮਰ ਦੇ ਬੱਚੇ ਤੋਂ ਲੈ ਕੇ ਅੱਜ ਤੱਕ ਦੇ ਦਿਨ ਤੱਕ ਦੇਖਿਆ ਹੈ। ਤੁਹਾਨੂੰ ਸਭ ਨੂੰ ਪਿਆਰ। ਮਾਲਟਨ ਤੋਂ ਮੂਸਾ ਇੱਕ ਕਹਾਣੀ ਹਮੇਸ਼ਾ ਹੀ ਤਾਜ਼ੀ ਰਹੇਗੀ। ਸਾਡੇ ਦੋਵਾਂ ਦੇ ਫੈਨਸ ਦੀ ਬਦੌਲਤ ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ। ਲੈਜੈਂਡ ਉੱਠਦਾ ਸੁਪਨੇ ਮੇਰੇ ਆਉਂਦੇ ਗਿਆ ਬਜਦੇ ਆਈ ਜਾਂਦੇ ਹੁਣ ਵੀ ਐਂਡ ਵਾ ਨੇਵਰ ਤਾਂ ਇਸ ਨੂੰ ਵੀ ਲੱਗਦਾ ਰਹੀ ਬੱਬੋ ਉਹਦੀ ਆਵਾਜ਼ ਨੂੰ ਲੱਗ ਗਿਆ ਸਨੀ ਇੱਦਾਂ ਨਹੀਂ ਹਾਰ ਨਹੀਂ ਮੰਨਣੀ ਉਹ ਚੱਲ ਤੂੰ ਤਗੜਾ ਹੋ ਆਹ ਲਾਈਫ ਆ ਤਾਂ ਆਪਾਂ ਬੈਠੇ ਹਾਂ ਜਿੱਥੇ ਨਾ ਵੀ ਕਿ ਮੈਂ ਹੁਣ ਸਮਝ ਸਕਿਆ ਕਿ ਬਹੁਤ ਮੈਂ ਜਵਾਬ ਨਹੀਂ ਹੈ ਬਟ ਬਹੁਤ 8 ਮਹੀਨੇ ਲੱਗੇ ਮੈਨੂੰ ਇਹ ਚੀਜ਼ ਨੂੰ ਮੈਂ ਇੱਥੇ ਤਾਂ ਬੈਠਾ ਮੈਨੂੰ ਹੁਣ ਐਕਸੈਪਟ ਕਰਨੀ ਪੈ ਰਹੀ ਹੈ ਮੈਂ ਆਖਰ ਪਰ ਮੈਨੂੰ ਐਕਸੈਪਟ ਕਰਨੀ ਪੈਣੀ ਹੈ ਕਿ ਤੁਹਾਨੂੰ ਦੱਸ ਦੇ ਚਲੀਏ ਕਿ ਸਨੀ ਮਾਲਟਨ ਤੇ ਸਿੱਧੂ ਨੇ ਇਕੱਠੇ ਕਈ ਗੀਤ ਗਾਏ ਸੀ। ਮਾਲਟਨ ਨਾਲ ਮੂਸੇਵਾਲੇ ਦਾ ਆਖਰੀ ਗਾਣਾ ਲੈਵਲ ਸੀ ਜੋ ਕਿ ਅੱਜ ਵੀ ਦਰਸ਼ਕਾਂ ਤੇ ਸਰੋਤਿਆਂ ਦਾ ਪਸੰਦੀਦਾ ਬਣਿਆ ਹੋਇਆ ਹੈ।